ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਤੇ ਆ ਆਪਣਾ ਪੰਜਵਾਂ ਬਲੌਗ ਹੈ ਤੇ ਸਾਰਿਆਂ ਨੂੰ ਪਹਿਲਾਂ ਤਾਂ ਬਸੰਤ ਪੰਚਮੀ ਦੀਆਂ ਵਧਾਈਆਂ। ਤੇ ਹੁਣ ਆਪਾਂ ਜਾਵਾਂਗੇ ਹੈਪੀ ਕੇ ਘਰੇ, ਪਰ ਹੁਣ ਥੋੜ੍ਹੀ ਧੁੰਦ ਹੈਗੀ ਤਾਂ ਆਪਾਂ ਦੁਪਹਿਰੇ ਜਾਂਦੇ ਹਾਂ। ਸੋ ਮਿਲਦੇ ਹਾਂ ਫਿਰ ਤੁਹਾਨੂੰ ਉੱਥੇ। ਇੱਕ ਪਤੰਗ ਸਾਡਾ ਕੱਟਾ ਜਾ ਚੁੱਕਾ ਹੈ, ਦੂਸਰੇ ਕੀ ਚਾਰੀ ਆ, ਡੋਰ ਕਿਸੇ ਨੇ ਖਿੱਚ ਲਈ ਆ ਭਾਜੀ। ਛੋੜੋ ਟੁੱਟੀ ਫੁੱਟੀ ਇੰਗਲਿਸ਼ ਹਿੰਦੀ ਮਿਲਾ ਇੱਥੇ ਲਵਾ ਲੂ ਐਂ। ਇੱਕ ਤਾਂ ਇਹ ਡੋਰਾਂ ਵਾਲੀਆਂ ਅੜਦੀਆਂ ਗਾ ਪਤੰਗ ਵੱਢਣਾ ਤੇ ਨਾ ਮੈਂ ਆਪਦਾ ਵਢਾਉਣਾ, ਹਨਾ ਹਨਾ ਪੱਕੀ ਗੱਲ ਹਨਾ। ਠੀਕ ਹੈ ਆ ਵੜਾ ਕੇ ਤੁਹਾਨੂੰ ਡੋਰ ਬਾਈ ਇੱਥੋਂ ਮੜਾ ਪਰਾਂ ਜੀ ਰਿਹਾ ਇੱਥੋਂ ਮੜਾ ਪਰਾਂ ਜੀ ਮੜਾ ਇਹਨਾਂ ਨੂੰ ਫੋਕਸ ਕਰਕੇ ਦਿਖਾ ਦਿਓ ਇੱਥੇ ਜਾਲ ਦਿਖਾਵਾਂ ਹੁਣ ਬਾਈ ਜਾਲ ਦੇਖ ਲਓ ਡੋਰ ਦਾ ਛੱਤਾ ਨਾ ਮਾਰਤਾ ਮੇਰਾ ਪਤੰਗ ਚੱਕੀ ਓਏ ਮੇਰਾ ਪਤੰਗ ਕਿੱਧਰ ਗਿਆ ਆਹ ਬੰਦੇ ਨੇ ਅਸੀਂ ਜੀ ਬਹੁਤ ਹੀ ਪੜਾਈ ਹੋਏ ਚੱਲ ਮੋਣੇ ਮੋਣੇ ਉਰੇ ਆਵੇ ਪਹਿਲਾਂ ਕੋਈ ਪਤੰਗ ਪ੍ਰੋ ਪਲੇਅਰ ਦਊਗਾ ਮੋਣੇ ਦਾ ਅਸ ਪਤੰਗ ਲੈਣਾ ਹਾਂ ਨੀ ਤੇ ਨੀ ਤੇ ਤੇਰੀ ਮਾੜੀ ਨਾ ਜਾਵਾਂ ਨਾ ਆ ਦੇਖੋ ਦਸ ਆ ਇੰਨੀ ਲੈਣੀ ਡੋਰ ਆ ਇੰਨੀ ਡੋਰ ਆ ਨਾ ਬਈ ਹੈਗੇ ਆ ਦੋ ਤੇ ਰਖੜੇ ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਮਰਨਾ ਕਾਂਤ ਉਰੇ ਨੌਰੇ ਕੀ ਬੋਲਿਆ ਸੀ ਕਦੀ ਦੇਖੀ ਐਸੀ ਡੋਰ ਨਹੀਂ ਦੇਖੀ ਜੇ ਪਾ ਜੇ ਇੱਕ ਨਈ ਪ੍ਰਕਾਰ ਕੀ ਡੋਰ ਹੈ ਮਨੁੱਖ ਲਗੜੋ ਮਤ ਕੋ ਡੋਰ ਨਹੀਂ ਲੋ ਜੋ 4 5 ਗੁੱਟੋ ਮੇ ਆਤੀ ਹੈ ਜੇ ਬਾਡੀ ਨਹੀਂ ਜਾਤੀ ਹੈ ਕਿਉਂਕਿ ਬਾਡੀ ਇਸ ਲਈ ਨਹੀਂ ਜਾਤੀ ਹੈ ਆ ਬੇਰ ਚੱਕ ਤੈਨੂੰ ਜਪਾਨ ਸੇ ਹੱਥਾਂ ਦੇ ਉਹਨਾਂ ਦਾ ਬੇਰ ਚੱਕਦਾ ਓਏ ਕਿੰਨਾ ਵਾ ਓਏ ਦਾ ਗਲੀਆਂ ਵਾਲੀ ਲੈ ਜਾਣਗੇ ਲੁੱਟ ਕੇ ਕਹਿੰਦੇ ਆ ਮੁੰਡਾ ਝੰਡੀ ਕਰੀ ਪਿਆ ਝੰਡੀ ਪੂਰੀ ਆ ਵੀਰੇ 4 ਪਤੰਗ ਵੱਢ ਚੁੱਕੇ ਹਨ ਰੋਟੀਆਂ ਰੋਟੀਆਂ ਨੀ ਉਹ ਗ੍ਰਾਹੀ ਇਕੱਠੀ ਕਰਦਾ ਫਿਰਦਾ ਉਹ ਗ੍ਰਾਹੀ ਮੈਂ ਜਦੋਂ ਫੋਨ ਲਾਇਆ ਸੀ ਉਹਨੂੰ ਤੇ ਰੋਣ ਲੱਗ ਪਿਆ ਹੈ 10 ਕੱਟਦੇ ਹੋਰ ਡੋਰ ਆ ਲੈ ਇਹ ਕਿਹੜਾ ਵੀਡੀਓ ਮਾਰਨਾ ਬੋਲਦੀ ਕਿਤੇ ਗੁੰਝਲ ਹੈ ਇਹ ਮਾਨੀ ਸਿੰਘ ਜੀ ਇਹਦੇ ਅਕਾਊਂਟ ਨੂੰ ਫੋਲੋ ਕਰ ਲਿਓ ਇੰਸਟਾ ਦੇ ਨੂੰ ਮਣੀ ਮਾਨ 001 ਮਾਨ ਜੋਤ ਮਾਨ ਇਹ ਬੁਆਏ ਇਹ ਬੁਆਏ ਠੀਕ ਹੈ ਫੋਲੋ ਕਰੋ ਇਹਦਾ ਮੂੰਹ ਦੇਖ ਲੋ ਜੀ ਮੜਾ ਜਾ ਇਹੀ ਮੂੰਹ ਹੋਊਗਾ ਉੱਥੇ ਫੋਟੋ ਜੀ ਤੇ ਇਹਦੇ ਚ ਕੋਈ ਫਰਕ ਨਹੀਂ ਉਧਰ ਫਤਿਹ ਜੀ ਲੱਗੇ ਹੋਏ ਨੇ ਤਾਂ ਬਸ ਐ ਵੀ ਥੋੜੇ ਜਿਹੇ ਫਿਲਟਰ ਜੀ ਕਾਣੂ ਇੱਕ ਜੀ ਇਹਨਾਂ ਦੇ ਪਤੰਗ ਕੋਈ ਨਹੀਂ ਛੱਡੇ ਨਾ ਹੱਥਾਂ ਜੀ ਵੜ ਚੁੱਕੇ ਹੁਣ ਮੋੜ ਕੇ ਹੱਥਾਂ ਜੋ ਖਿੱਚੇ ਲੱਗ ਰਹੇ ਨੇ ਬਲਾਲ ਤਾਂ ਕਾਕੂ ਜੀ ਆ ਚੁੱਕੇ ਨੇ ਆ ਰਹੇ ਆਇਆ ਚਲੋ ਹੈਪੀ ਹਾਂ ਬੰਦੇ ਇਹ ਵੀ ਬਹੁਤ ਗਰਮਾਨ ਆ ਇਹ ਵੀ ਪਤੰਗ ਡਾਊਨ ਨਹੀਂ ਹਟਦੇ ਹਾਂ ਇਹ ਪੈਸਾ ਕਹਿੰਦੇ ਵਾਧੂ ਆਇਆ ਹੋਇਆ ਕਹਿੰਦੇ ਕਿ ਪਤੰਗ ਉੱਡ ਰਹੇ ਨੇ ਵਾਧੂ ਸਾਰੇ ਤੇ ਚਾਚਾ ਜੀ ਕਹਿੰਦੇ ਚੰਡੀ ਕਰ ਰਹੇ ਨੇ ਇੰਨੇ ਪਤੰਗ ਸਾਰੇ ਪਿੰਡ ਕੋਲੇ ਹੈ ਨਹੀਂ ਜਿੰਨੇ ਚਾਚਾ ਜੀ ਕੋਲੇ ਰੱਖੀ ਪਏ ਐ ਪਰ ਦੂਰੋਂ ਚਿਪੀਆਂ ਚਿਲਕਦੀਆਂ ਦਿਸ ਰਹੀਆਂ ਸਾਨੂੰ ਵੀ ਪਤੰਗਾਂ ਓਏ ਉਹ ਵਿਚੜਾ ਚਾਚਾ ਜੀ ਦੇ ਹੱਥਾਂ ਚ ਲਾ ਕੇ ਖਿੱਚਾ ਫੇਰ ਜਿਹੜੇ ਲਤੇ ਹੁੰਦੇ ਹੈਗੇ ਜਿਵੇਂ ਇਹਦੇ ਅਰਗੇ ਆ ਗੋਪੀ ਜੇ ਜੀ ਸਾਡੇ ਸਤਿਕਾਰ ਸਤਿਕਾਰ ਕੀ ਕਹਿੰਦੇ ਹੁੰਦੇ ਸਤਿਕਾਰ ਯੋਗ ਕਾਕੂ ਜੀ ਤੁਹਾਡਾ ਇੰਸਟਾ ਦਾ ਅਕਾਊਂਟ ਦੱਸੋ ਮਾੜਾ ਜਿਹਾ ਤੁਹਾਨੂੰ ਫੋਲੋ ਕਰਨਗੇ ਲੋਕ ਕਾਕੂ ਜੀ ਦੱਸੋ No, God, please, no, no! Insta da kaun hai? Insta da kaun hai? Gurpreet Sipal. Oh, lala kaane hoye? Lala lene haan. Copyright aajuga. Marwa denge gaadi video de yaar, assi paise lene hain. YouTube wale to paise lene hain, bhai, unhon ne ditte hain. Han ka je sharam mande han. Sharam da wali mande hai. Sharam wali mande hai eh. Eh par bande bhai de kaant na acting nu. Okay. Dasso ji mara aapda taaruf dasso. Tareef dasso. Oh, tusi aapda naam dasso ji. ਉਹ ਮੂੰਹ ਚ ਪਾਤੀ ਸੀ ਡੋਰ ਉਹਦੇ ਜੀ ਪਤੰਗ ਜਿਹੜਾ ਤੂੰ ਆਪਾਂ ਲੈ ਸੀ ਕਿਹੜਾ ਮੂੰਹ ਤਾਂ ਲੈ ਗਿਆ ਸੀ ਉਹ ਸੀ ਮੈਂ ਤੇ ਜਿਹੜਾ ਉੱਥੋਂ ਲਾਇਆ ਸੀ ਲਾਇਆ ਨਹੀਂ ਤਾਂ ਉਹ ਪਿਆ ਉਹਦੇ ਟੰਗਿਆ ਪਰ ਆਂ ਬੜਾ ਹੀ ਇੰਨਾ ਗੋਪੀ ਹਾਂ ਆਏ ਓਏ ਆ ਚੱਲ
म्यूजिक बढ़ा लिया किने बढ़ता की लेना कहना मैं डैडी ने बिस्कुट लेने अच्छा आप पीते ही तुसी कदे समोसे वाली चाह कदे जी मक्खी खाती है तुसी साडा हैप्पी बंदा खा के दस दे हां देखो जी की चगल मारी है प्लेट च मक्खी दिखाऊंगा हां देख लो जी विचोसिटी पे मक्खी ओ मक्खी नाल ओ मक्खी भी भैया नहीं नहीं होवा ओए पता जा ओदा ओए दे तेरी खादी भी दिखाऊंगा केड़ी आ आ हुनी बंदा मीट खा के हटा चाह नी ध्यान मरा दर्शकां दा देख ली जी ए समोसा डिग्गा वे ठीक है चज ना पी ए माड़ा जी पीता सिप पी पूरी लो भाई मित्रों हुण असीं दुबारा पतंग चढ़ाउण लगे आं पहलां रेस्ट कीती सी समोसे समासे खाधे आ चलो जी चटनी चटनी वाली चाह मड़ी दुबारा दिखा दो जी दर्शकां नूं चटनी वाली चाह दे विच समोसा भी डिग्गा आया तुसीं देख रहे होंगे पहलां हां आ बंदा ही देख लो इहने चाह नहीं पीती दसो भरो जाणांगा मैं कहना डाउन पहलां गुरप्रीत जाया होगा मैं जाऊंगा किने डाता काकू ने ਕਾਲ ਜੀ ਸਾਰਿਆਂ ਨੂੰ ਬਾਬਾ ਬੋਲਣ ਲੱਗ ਗਿਆ ਪਰ ਸਾਡੇ ਪਿੰਡ ਦੇ ਨਹੀਂ ਹਜੇ ਤੱਕ ਰੁਕੇ ਕੋਠਿਆਂ ਤੇ ਹਜੇ ਵੀ ਚੜੇ ਬੈਠੇ ਨੇ ਪਤੰਦਰ ਆਹ ਦੇਖੋ ਪਤੰਗ ਦਾ ਜਜ਼ਬਾ ਹੈ ਇਹ ਬਸੰਤ ਆ ਸਾਡੇ ਪਿੰਡ ਦੀ ਕਦੇ ਨੇੜੇ ਵਾਲੇ ਨੀ ਹਟਦੇ ਆਹ ਦੇਖੋ ਇਹਨਾਂ ਨੂੰ ਨੀ ਹੁਣ ਹਨੇਰਾ ਹੋ ਗਿਆ ਤੇ ਹਜੇ ਵੀ 12 ਵਜੇ ਤੱਕ ਚੱਲਣਾ ਹੈ ਹਨੇਰਾ ਹੋ ਗਿਆ ਹਜੇ ਵੀ ਆਹ ਬੰਦੇ ਤੋਂ ਪਤੰਗ ਨਹੀਂ ਦੇਖੇ ਹੁਣ ਤਾਂ ਟਿੱਬੇ ਦੇ ਘਰ ਇਹਨਾਂ ਦਾ ਪਰ ਇੱਥੇ ਬਹਿਣਗੇ ਅੱਜ ਆਪਦੇ ਚਾਚੇ ਕੇ ਕਹਿੰਦੇ ਮਰੇ ਵੀਰਿਓ ਪਤੰਗਾਂ ਦਾ ਤੁਸੀਂ ਹੁਣ ਖੜ ਜਾਓ ਇਹਨਾਂ ਦੀ ਇੰਟਰਵਿਊ ਲੈਣੇ ਜੀ ਹਾਂਜੀ ਦੱਸੋ ਜੀ ਤੁਸੀਂ ਵੀ ਤੁਹਾਡਾ ਅੱਜ ਦਾ ਦਿਨ ਕਿਵੇਂ ਗਿਆ ਬਹੁਤ ਵਧੀਆ ਹੋਇਆ ਜੀ ਅੱਛਾ ਤੇ ਪਤੰਗ ਕਿੰਨੇ ਕੁ ਵੱਡੇ ਜੀ ਫਿਰ ਵਾਧੂ ਵੱਡੇ ਜੀ ਤੇ ਵਢਾਏ ਵਾਧੂ ਜੀ ਅੱਛਾ ਜੀ ਨਹੀਂ ਗੁੱਟਾ ਕਰਤਾ ਖਾਲੀ ਜੀ ਫਿਰ ਹਾਂ ਚਰਖੜਾ ਕਰਤਾ ਜੀ ਖਾਲੀ ਡੋਰ ਵਾਲਾ
ਜਦੋ ਅਸੀਂ ਪਤੰਗ ਚੜਾਈ ਢੇਲੇ ਦਿੰਦੇ ਸੀ ਡੋਰ ਨਾਲ ਤੇ ਉਹ ਸਾਡੀ ਡੋਰ ਫੜ ਲੈਂਦੇ ਸੀ ਜੇ ਪਤੰਗ ਵੱਢਿਆ ਆਪਣੇ ਪਿੰਡ ਵਾਲੇ ਮੋਲ ਲਈ ਤਕੜੇ ਆ ਵੀ ਹਜੇ ਤਾਂ ਕੋਈ ਪਤੰਗ ਚੜਾਈ ਜਾਂਦਾ ਵੀ ਇੰਨਾ ਕਰੇਜ ਆ ਬੰਦਾ ਹਲੇ ਦੋ ਘੰਟੇ ਹੋਰ ਚੱਲਣਾ ਨਾ ਮੋਲ ਇਹ ਉਹ ਵੀ ਬੰਦਾ ਇੱਕ ਡੋਰ ਬਲੇਟੀ ਜਾਂਦਾ ਉਹ ਵੀ ਲੱਗਿਆ ਪਾ ਤੜਕੇ ਦਾ ਉਹਨੂੰ ਕਹਿੰਦਾ ਮੈਨੂੰ ਤਾਂ ਚੈਨ ਹੀ ਨੀ ਆਉਣਾ ਜਿੰਨੇ ਚਿਰ ਮੈਂ ਪਤੰਗ ਚੜਾਉਣਾ ਨਾ ਹਟਾਂ ਕਹਿੰਦਾ ਅੱਜ ਤਾਂ ਸਾਰੇ ਵੱਢ ਕੇ ਰੱਖਣੇ ਆ ਇਹ ਕਹਿੰਦਾ ਮੈਂ ਤੇ ਮੈਂ ਹੀ ਕਰਨਾ ਡੋਰ ਬਲੇਟੀ ਨਾਲ ਚਿਰ ਵਢਾ ਕੇ ਬਹਿ ਗਿਆ ਇੱਕ ਹੀ ਸੀਗਾ ਪਤੰਗ ਵਿਚਾਰੇ ਕੋਲੇ ਤੇ ਹੁਣ ਬਸ ਲੋਕਾਂ ਦੇ ਕੋਠੇ ਫਰੋਲੂਗਾ ਹੱਥਰੇ ਹੁਣ ਰਾਤ ਨੂੰ ਇਹਦੀ ਇਹੀ ਡਿਊਟੀ ਹੈ ਜੀ ਕਈ ਬੰਦਿਆਂ ਨੇ ਤਾਂ ਅੱਜ ਇੰਜੋਏ ਕੀਤਾ ਪੂਰਾ ਵੀ ਉਹਨਾਂ ਨੇ ਸਿਰਫ ਡੋਰ ਲੁੱਟੀ ਆ ਤੇ ਪਤੰਗ ਲੁੱਟੇ ਆ ਤੇ ਚੜਾਉਣਗੇ ਉਹ ਕੱਲ ਨੂੰ ਉਹ ਬੰਦਾ ਉਹਨਾਂ ਦੀ ਪਸੰਦ ਕੱਲ ਨੂੰ ਹੈ ਹਣਾ ਚਾਈ ਸਹੀ ਗੱਲ ਸਹੀ ਗੱਲ ਚਾਈ ਨੇ ਬਹੁਤ ਉਹ ਕੀਤਾ ਆ ਗਿਆ ਕੋੜੀ ਬੰਦਾ ਇੱਕ ਜਿਹਨੂੰ ਤੜਕੇ ਦੇ ਫੋਨ ਕਰੀ ਜਾਂਦੇ ਆ ਇਹ ਹੁਣ ਆਇਆ ਮੂੰਹ ਚੱਕ ਕੇ ਆਹੀ ਕੁਛ ਕਹਿਣਾ ਸੀਗਾ ਤਾਂ ਹੀ ਮੈਂ ਤੈਨੂੰ ਤੇਰੀ ਦੁਬਾਰਾ ਐਂਟਰੀ ਪਵਾਈ ਆ ਕਿਉਂ ਕੁੜੀ ਆ ਇੰਨੇ ਹੁਣ ਇੰਨਾ ਲੇਟ ਆ ਕੇ ਤੈਨੂੰ ਕੀ ਮਹਿਸੂਸ ਹੋ ਰਿਹਾ ਵੀ ਤੂੰ ਸਾਡਾ ਬਲੌਗ ਹੁਣ ਤੇਰੇ ਬਿਨਾਂ ਸਾਡਾ ਬਲੌਗ ਮੰਨਣਾ ਨਹੀਂ ਸੀ ਹਾਂ ਮੈਨੂੰ ਤਾਂ ਹੀ ਲੱਗ ਰਿਹਾ ਸੀਗਾ ਨਹੀਂ ਤਾਂ ਹੀ ਮੰਨਣਾ ਨਹੀਂ ਸੀ ਤਾਂ ਹੀ ਤਾਂ ਸੀ ਤੈਨੂੰ ਰੋਲ ਕਰਾਇਆ ਹੋਰ ਫਿਰ ਕਿਵੇਂ ਰਹੀ ਤੇਰੀ ਪਸੰਦ ਬਹੁਤ ਮਾੜੀ ਰਹੀ ਪੌੜੀਆਂ ਲਾ ਲਾ ਤਾਰਾਂ ਦੇਖੀਆਂ ਨਾ ਅੱਜ ਦਿਨ ਸਾਰਾ ਦਿਨ ਬੰਦਾ ਕੰਮ ਹੀ ਸੰਭਾਲਿਆ ਠੀਕ ਹੈ ਜੀ ਕੋਈ ਵੇਲ ਨਹੀਂ ਮਿਲੀ ਮੈਨੂੰ ਅੱਜ ਹਾਂਜੀ ਪਤੰਗ ਪਤੰਗ ਉਡਾ ਸਕਾਂ ਨਹੀਂ ਤੁਸੀਂ ਪਤੰਗ ਤੁਹਾਨੂੰ ਪਤੰਗ ਡਾਉਣੇ ਆਉਂਦੇ ਨਹੀਂ ਐ ਕਹੋ ਸ਼ੌਂਕ ਵੀ ਨਹੀਂ ਪਤੰਗ ਤੁਹਾਨੂੰ ਪਤੰਗ ਡਾਉਣੇ ਆਉਂਦੇ ਨਹੀਂ ਹਣਾ ਜੀ ਤੁਹਾਨੂੰ ਪਤੰਗ ਡਾਉਣੇ ਆਉਂਦੇ ਨਹੀਂ ਨਾ ਇਹ ਪਤੰਗ ਤਾਂ ਪਹਿਲਾਂ ਬਹੁਤ ਡਾਇਆ ਪਰ ਹੁਣ ਸ਼ੌਂਕ ਹੈ ਨਹੀਂ ਯਾਰ ਅੱਛਾ ਹੁਣ ਅਸੀਂ ਕੰਮ ਧੰਦੇ 'ਚ ਪੈ ਗਏ ਤਾਂ ਕਰਕੇ ਜੀ ਹੁਣ ਅਸੀਂ ਪੌੜੀਆਂ 'ਚ ਪੈ ਗਏ ਬਸ ਕੰਤਾਂ ਤੇ ਖੜੇ ਬਲੌਗ ਕਰਦੇ ਆ ਹੁਣ ਤਾਂ ਕੰਧਾਂ ਕੁੰਧਾਂ ਟੱਪੀ ਦੀਆਂ ਬਸ ਅੱਛਾ ਜੀ ਠੀਕ ਹੈ ਜੀ ਚੜੀ ਜਾ ਕੇ ਠੀਕ ਹੈ ਜੀ ਹੁਣ ਤੁਹਾਨੂੰ ਕੰਧ ਟੱਪੇ ਦਿਖਾਵਾਂ ਕੰਧ ਟੱਪੂਗੀ ਹੁਣ ਹਾਂਜੀ ਤੁਸੀਂ ਮੈਂ ਤਾਂ ਕਹਿੰਦਾ ਵੀ ਜਾ ਕੇ ਖਾ ਪੀ ਲਓ ਜੀ ਥੱਲੇ ਜਾ ਕੇ ਲਿਆਓ ਜੀ ਫਿਰ ਥੱਲੇ ਆ ਖਾਈ ਪੀ ਲਈ ਥੱਲੇ ਆ ਫਿਰ ਮੈਂ ਜਾਂਦਾ ਥੱਲੇ ਮੈਂ ਤਾਂ ਨਹੀਂ ਚੜਦਾ ਹਾਂ ਥੱਲੇ ਜਾ ਕੇ ਖਾ ਲਓ ਆ ਕਿਹੜਾ ਉੱਤੇ ਹੈਪੀ ਜੀ ਹੈਪੀ ਰਿਚ ਹੈਪੀ ਰਿਚ ਇਹ ਮੰਜੀਆਂ ਨਹੀਂ ਲੋ ਇਹ ਹੈਪੀ ਰਿਚ ਹਾਂ ਆ ਦੇਖੋ ਮੈਂ ਹੀ ਚੜਦਾ ਮਿੰਟ ਜੀ ਕਿੱਡੀ ਲੰਮੀ ਕੰਧ ਆ ਦਿਨ ਖਤਮ ਹੋ ਚੁੱਕਿਆ ਤੇ ਪਤੰਗ ਵੀ ਹੁਣ ਲਗਾਤਾਰ ਬਸ ਘਟਦੇ ਜਾ ਰਹੇ ਆ ਵੈਸੇ ਵੀ ਹੁਣ ਤਾਂ ਸਾਡੇ ਪਿੰਡ ਦੇ ਹਜੇ ਦਾਈ ਜਾਂਦੇ ਆ ਵੀ ਤਕੜਾ ਕੰਮ ਹੀ ਆ ਪੂਰਾ ਇੱਥੇ ਬਾਬਾ ਵੀ ਬੋਲ ਕੇ ਹਟ ਗਿਆ ਪਰ ਪਤੰਗ ਹਜੇ ਚੜੀ ਜਾਂਦਾ ਬਸ ਇੱਕ ਹੀ ਚੜੀ ਜਾਂਦਾ ਇਕੱਲਾ ਦਿਖਾ ਦੇਣਾ ਤੁਹਾਨੂੰ ਮੈਂ ਹੁਣ ਇੱਥੋਂ ਬੈਕ ਕਰਕੇ ਦਿਖਣਾ ਨਹੀਂ ਦਿਖਣਾ ਨਹੀਂ ਤੇ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਦੱਸ ਦਿਓ ਵਲੌਗ ਕਿਵੇਂ ਦਾ ਸੀ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਵਲੌਗ ਆਪਾਂ ਮਾੜਾ ਬਣਾਉਂਦੇ ਨਹੀਂ ਚਲੋ ਜੀ ਫਿਰ ਬਾਏ ਬਾਏ ਧੰਨਵਾਦ ਜੀ।